ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਕਾਈ 843 ਤੇ। ਦਸ ਹਫ਼ਤਾਵਾਰੀ ਸਿੱਖ ਲਿਫ ਦਾ ਅਪਡੇਟ ਵੀਕਲੀ ਪ੍ਰੋਗਰਾਮ ਲੈ ਕੇ ਆਪਦੇ ਰੂਬਰੂ ਪੇਸ਼ ਹੋਇਆ ਹੈ ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਜ਼ਰੂਰੀ ਜੋ ਸਾਡਾ ਮੁੱਦਾ ਹੈ ਪੰਜਾਬ ਦੇ ਵਿੱਚ। ਅਤੇ ਜਿਵੇਂ ਅਸੀਂ ਤੁਸੀਂ ਜਾਣਦੇ ਹੋ ਵੀ ਸਿੱਖ ਰਿਲੀਫ ਜਥੇਬੰਦੀ ਸਿੰਘਾਂ ਦੀ ਰਿਹਾਈ ਲਈ ਉੱਦਮ ਕਰਦੀ ਹੈ, ਯਤਨਸ਼ੀਲ ਹੈ, ਉੱਥੇ ਸ਼ਹੀਦ ਪਰਿਵਾਰਾਂ ਦੇ ਵੀ ਉਹਨਾਂ ਦੀ ਮਦਦ ਕਰਨੀ, ਬੱਚਿਆਂ ਨੂੰ ਪੜ੍ਹਾਉਣਾ ਅਤੇ ਨਾਲ ਨਾਲ ਜਿਹੜੀਆਂ ਜਾਨਲੇਵਾ ਬਿਮਾਰੀਆਂ ਹਨ ਪੰਜਾਬ ਦੇ ਵਿੱਚ ਇੰਡੀਆ ਵਿੱਚ ਅਸੀਂ ਉਹਨਾਂ ਲਈ ਵੀ ਉੱਦਮ ਕਰਦੇ ਹਾਂ। ਅਤੇ ਖਾਸ ਕਰਕੇ ਹੁਣ ਜਿਹੜਾ ਇੱਕ ਅਸੀਂ ਨਵਾਂ ਪ੍ਰੋਜੈਕਟ ਲਿਆ ਹੈਗਾ ਉਹ ਐਜੂਕੇਸ਼ਨਲ ਦੇ ਨਾਲ ਨਾਲ ਸਾਡਾ ਵਾਤਾਵਰਨ, ਪੰਜਾਬ ਦਾ ਵਾਤਾਵਰਨ, ਜਿਹਦੇ ਵਿੱਚ ਅਸੀਂ ਕੁਛ ਪਿਛਲੇ ਸਾਲ ਤੋਂ ਯਤਨਸ਼ੀਲ ਹੋਏ ਹਾਂ ਤਾਂ ਜੋ ਜਿਹੜਾ ਸਾਡਾ ਵਾਤਾਵਰਨ ਹੈ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗੇ, ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਅਤੇ ਨਾਲ ਇੱਕ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਜੋ ਸਾਡੀ ਪ੍ਰੈਜੈਂਟਰ ਬੀਬੀ ਅਮਰਦੀਪ ਕੌਰ ਜੋ ਇੰਡੀਆ ਆਪਣੇ ਪਰਿਵਾਰ ਨਾਲ ਗਏ ਸਨ ਅਤੇ ਉਹਨਾਂ ਨੇ ਉੱਥੇ ਜਾ ਕੇ ਜੋ ਸੇਵਾ ਨਿਭਾਈ ਹੈ ਇੱਕ ਸ਼ਹੀਦ ਅਕੈਡਮੀ ਦੇ ਵਿੱਚ, ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਅਤੇ ਤੁਸੀਂ ਜੁੜੇ ਰਹੋ, ਇਸੇ ਤਰ੍ਹਾਂ ਸਾਡੇ ਜਿਹੜੇ ਅਕਾਊਂਟ ਨੰਬਰ ਨੇ ਉਹ ਥੱਲੇ ਆ ਰਹੇ ਨੇ। ਇਹ ਸਾਰੀਆਂ ਸੇਵਾਵਾਂ ਆਪਦੇ ਸਹਿਯੋਗ ਦੇ ਨਾਲ ਹੁੰਦੀਆਂ ਨੇ ਅਤੇ ਮੈਂ ਜ਼ਰੂਰ ਬੇਨਤੀ ਕਰਾਂਗਾ ਸੰਗਤ ਨੂੰ ਵੀ ਤੁਸੀਂ ਸਾਨੂੰ ਪਿਛਲੇ 10 ਸਾਲਾਂ ਤੋਂ ਕੋਈ ਕਮੀ ਨਹੀਂ ਆਉਣ ਦਿੱਤੀ ਔਰ ਜਿੰਨੇ ਵੀ ਪ੍ਰੋਜੈਕਟ ਹੋਏ ਨੇ ਆਪਦੇ ਸਹਿਯੋਗ ਨਾਲ ਹੋਏ ਨੇ ਅਤੇ ਇਹ ਵੀ ਜੋ ਪ੍ਰੋਜੈਕਟ ਹੁਣ ਚੱਲ ਰਹੇ ਨੇ ਇਹ ਸਾਰੇ ਦੇ ਸਾਰੇ ਤੁਹਾਡੇ ਸਹਿਯੋਗ ਨਾਲ ਹੁੰਦੇ ਨੇ। ਅਤੇ ਸਾਡਾ ਇੱਥੇ ਆਉਣ ਦਾ ਹਫ਼ਤਾਵਾਰੀ ਤੁਹਾਡੇ ਰੂਬਰੂ ਹੋਣ ਦਾ ਇੱਕੋ ਹੀ ਮਕਸਦ ਹੁੰਦਾ ਵੀ ਤੁਹਾਨੂੰ ਦੱਸਿਆ ਜਾਵੇ, ਆਪ ਜੀ ਨੂੰ ਦੱਸਿਆ ਜਾਵੇ ਆਪ ਜੀ ਦੀ ਦਸਵੰਧ ਦੀ ਦਿੱਤੀ ਹੋਈ ਸੇਵਾ ਕਿੱਥੇ ਕਿੱਥੇ ਲੱਗ ਰਹੀ ਆ, ਕਿਵੇਂ ਲੱਗ ਰਹੀ ਆ, ਤਾਂ ਜੋ ਅਕਾਊਂਟਬਿਲਿਟੀ ਬਣੀ ਰਹੇ ਅਤੇ ਪਾਰਦਰਸ਼ੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ। ਸੋ ਇਸ ਔਰਗਨਾਈਜੇਸ਼ਨ ਦੇ ਵਿੱਚ ਕੋਈ ਵੀ ਸੇਵਾਦਾਰ ਪੇਡ ਨਹੀਂ ਹੈ, ਉਹ ਨਿਸਕਾਮ ਹੋ ਕੇ ਆਪਣਾ ਜੋ ਕਿੱਤਾ ਹੈ ਆਪਣਾ ਕਾਰਜ ਕਿਰਤ ਜਿਹੜੀ ਆਪਣੇ ਆਪਣੇ ਤੌਰ 'ਤੇ ਕਰਦਾ ਹੈ, ਲੇਕਿਨ ਇੱਥੇ ਜੋ ਸਿੱਖ ਲਈ ਉਹਦੇ ਵਿੱਚ ਹੈ ਆਪਣੀ ਨਿਸਕਾਮ ਹੋ ਕੇ ਸਿੱਖ ਭਾਵਨਾ ਨੂੰ ਮੁੱਖ ਰੱਖ ਕੇ ਸੇਵਾ ਕਰਦਾ ਹੈ। ਸੋ ਅੱਜ ਅਸੀਂ ਇੱਕ ਉਸ ਤੁਹਾਨੂੰ ਜਗ੍ਹਾ 'ਤੇ ਲੈ ਕੇ ਜਾਣਾ ਹੈ ਜਿਹੜੀ ਜਗ੍ਹਾ 13 ਅਪ੍ਰੈਲ 1978 ਦੇ ਉਹਨਾਂ ਮਹਾਨ ਸ਼ਹੀਦਾਂ ਨਾਲ ਜੁੜੀ ਹੋਈ ਹੈ। ਤੁਹਾਨੂੰ ਆਪ ਨੂੰ ਪਤਾ ਹੋਵੇਗਾ ਵੀ 13 ਅਪ੍ਰੈਲ 1978 ਨੂੰ ਭਾਈ ਫੌਜਾ ਸਿੰਘ ਅਤੇ 12 ਸਿੰਘ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਜਦੋਂ ਗਏ ਅਤੇ ਉਹਨਾਂ ਦੇ ਗਣੀਮਿਜੀ ਸਾਜਿਸ਼ ਅਧੀਨ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਵਿੱਚ ਇੱਕ ਸਿੰਘ ਸਾਹਿਬ ਜੋ ਭਾਈ ਸਾਹਿਬ ਭਾਈ ਰਘਵੀਰ ਸਿੰਘ ਸਨ, ਉਹ ਭੱਗੂਪੁਰ ਪਿੰਡ ਤੋਂ ਸਨ, ਜ਼ਿਲ੍ਹਾ ਤਰਨ ਤਾਰਨ ਪੱਟੀ ਦੇ ਰਹਿਣ ਵਾਲੇ ਸਨ। ਸੋ ਉਹਨਾਂ ਦੇ ਯਾਦ ਦੇ ਵਿੱਚ ਇਹ ਅਕੈਡਮੀ ਜਿਹੜੀ ਆ ਇਹ ਬਣਾਈ ਗਈ ਸੀ ਜਿੱਥੇ ਅੱਜ 350 ਬੱਚਾ ਜਿਹੜਾ ਹੈ ਉੱਥੇ ਪੜ੍ਹ ਰਿਹਾ ਹੈ। ਅਤੇ ਉਸ ਅਕੈਡਮੀ ਦੀ ਜਿਹੜੀ ਪੜ੍ਹਾਈ ਹੈ ਪਹਿਲੀ ਤੋਂ ਲੈ ਕੇ 10ਵੀਂ ਤੱਕ ਹੈ। ਅਤੇ ਇਹਨਾਂ ਦੇ ਜੋ ਭਾਈ ਸ਼ਹੀਦ ਭਾਈ ਰਘਵੀਰ ਸਿੰਘ ਭੱਗੂਪੁਰ ਸਨ, ਉਹਨਾਂ ਦੇ ਭਰਾਤਾ ਜੋ ਮਿਲ ਉਹਦੇ ਵਿੱਚ ਆਰਮੀ ਦੇ ਵਿੱਚ ਸਨ, ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਇੱਕ ਕਮਰੇ ਤੋਂ ਅਤੇ ਆਪ ਦੀ ਸੇਵਾ ਸਦਕਾ ਅੱਜ ਉਹ 3 ਮੰਜ਼ਿਲਾਂ ਬਣ ਰਹੀ ਹੈ। ਅਤੇ ਉਹਦੇ ਵਿੱਚ ਉਹਨਾਂ ਨੇ ਖਾਸ ਕਰਕੇ ਇੱਕ ਸ਼ਰਤ ਰੱਖੀ ਹੋਈ ਹੈ ਵੀ ਜਿੰਨੇ ਬੱਚੇ ਉੱਥੇ ਪੜ੍ਹਨਗੇ ਉਹ ਸਾਰੇ ਕੇਸਾਧਾਰੀ ਹੋਣਗੇ, ਕਿਸੇ ਬੱਚੇ ਨੂੰ ਵੀ ਜੋ ਹੈ ਕੇਸ ਕਤਲ ਕਰਨ ਦੀ ਬੇਅਦਬੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਅਤੇ ਉਹਨਾਂ ਨੂੰ ਜਿੱਥੇ ਦੁਨਿਆਵੀ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਨਾਲ ਨਾਲ ਉਹਨਾਂ ਨੂੰ ਧਾਰਮਿਕ ਵਿੱਦਿਆ ਦੇ ਕੇ ਇੱਕ ਚੰਗੇ ਇਨਸਾਨ ਬਣਨ ਲਈ ਵੀ ਇੱਕ ਉਹਨਾਂ ਲਈ ਉਹਨਾਂ ਦੇ ਮਨ ਦੇ ਵਿੱਚ ਇੱਕ ਉੱਦਮ ਕੀਤਾ ਜਾਂਦਾ ਹੈ, ਭਰਿਆ ਜਾਂਦਾ ਹੈ ਤਾਂ ਜੋ ਉਹ ਚੰਗੇ ਇਨਸਾਨ ਬਣ ਕੇ ਇੱਕ ਸਮਾਜ ਦੀ, ਧਰਮ ਦੀ, ਮਨੁੱਖਤਾ ਦੀ ਸੇਵਾ ਕਰ ਸਕਣ। ਸੋ ਬੀਬੀ ਅਮਰਦੀਪ ਕੌਰ ਸਾਡੇ ਜੋ ਇੱਥੇ ਪ੍ਰੈਜੈਂਟਰ ਹੁੰਦੇ ਆ ਸਾਡੇ ਨਾਲ ਸਿੱਖ ਲਈ ਵਿੱਚ ਮੁੱਖ ਤੌਰ 'ਤੇ ਸੇਵਾ ਕਰਦੇ ਹਨ, ਉਹ ਪਿਛਲੇ ਦਿਨੀਂ ਇਸ ਅਕੈਡਮੀ ਦੇ ਇਹਦਾ ਦੇਖਣ ਗਏ ਸਨ ਉੱਥੇ ਕਿਹੜੀਆਂ ਕਿਹੜੀਆਂ ਲੋੜਾਂ ਹਨ, ਕੀ ਉੱਥੇ ਹੋ ਰਿਹਾ ਹੈ ਅਤੇ ਅਸੀਂ ਕਿਸ ਤਰ੍ਹਾਂ ਉੱਥੇ ਸੰਗਤ ਦੇ ਸਹਿਯੋਗ ਨਾਲ ਅਸੀਂ ਮਦਦ ਕਰ ਸਕਦੇ ਹਾਂ। ਤਾਂ ਉਹ ਇੱਕ ਅਸੀਂ ਵੱਖਰਾ ਪ੍ਰੋਗਰਾਮ ਹੋਰ ਲੈ ਕੇ ਆਵਾਂਗੇ ਜਿੱਥੇ ਅਸੀਂ ਉਹ ਸਾਰੀਆਂ ਜ਼ਰੂਰਤਾਂ ਜੋ ਹਨ ਜੋ ਉੱਥੇ ਹੋਸ਼ ਹੋ ਰਿਹਾ ਹੈ ਉਹਦੇ ਬਾਰੇ ਵੀ ਡਾਕੂਮੈਂਟਰੀਆਂ ਬਣਾਈਆਂ ਹਨ ਤੋ ਆਪਦੇ ਰੂਬਰੂ ਕਰਾਂਗੇ। ਲੇਕਿਨ ਅੱਜ ਜੋ ਸਾਡਾ ਬਹੁਤ ਹੀ ਅਤ ਜ਼ਰੂਰੀ ਮੈਂ ਕਹਾਂਗਾ ਵੀ ਵਿਸ਼ਾ ਹੈ ਉਹ ਹੈ ਪੰਜਾਬ ਦਾ ਵਾਤਾਵਰਨ। ਪੰਜਾਬ ਦਾ ਵਾਤਾਵਰਨ ਦਾ ਮੇਰਾ ਮਤਲਬ ਇਹ ਹੈ ਵੀ ਜਿੱਥੇ ਪੰਜਾਬ ਅਸੀਂ ਹਰਿਆ ਭਰਿਆ ਰੰਗਲਾ ਪੰਜਾਬ ਅਸੀਂ ਕਹਿੰਦੇ ਸਾਂ, ਜਿੱਥੇ ਵੀ ਅਸੀਂ ਜਾਈਦਾ ਸੀ ਝਾਤੀ ਮਾਰੇ ਸੀ ਕਿੰਨੀ ਰੌਣਕ ਹੁੰਦੀ ਸੀ ਦਰੱਖਤਾਂ ਦੀ, ਉੱਥੇ ਦੀ ਹਰਿਆਵਲੀ ਦੀ। ਲੇਕਿਨ ਅੱਜ ਉਹ ਚੀਜ਼ ਰਹੀ ਨਹੀਂ। ਅੱਜ ਹਰ ਥਾਂ ਜੇ ਉਹ ਦੇਖੀਏ ਤਾਂ ਆਪਾਂ ਸੜਕਾਂ ਦੇ ਆਲੇ ਦੁਆਲੇ ਕੋਈ ਦਰੱਖਤ ਨਹੀਂ ਮਿਲਦੇ, ਕਈ ਥਾਵਾਂ 'ਤੇ ਬਹੁਤ ਸਾਰੇ ਸਾਡੇ ਹਾਈਵੇ ਨੇ ਬਣਾਉਣ ਦੀ ਖਾਤਰ ਅਸੀਂ ਲੱਖਾਂ ਹੀ ਜਿਹੜੇ ਆ ਦਰੱਖਤ ਜਿਹੜੇ ਆ ਕੱਟ ਸੁੱਟੇ ਨੇ।
ਤੇ ਘਰਾਂ ਵਿੱਚ ਵੀ ਅਸੀਂ ਆਪਾਂ ਜਿਹੜੇ ਬੂਟੇ ਹੁੰਦੇ ਸੀ ਦਰਖਤ ਹੁੰਦੇ ਸੀ ਕਿਤੇ ਨਿੰਮ ਦਾ ਬੂਟਾ ਹੁੰਦਾ ਸੀ ਕਿਤੇ ਡੇਕ ਦਾ ਬੂਟਾ ਹੁੰਦਾ ਜਾਂ ਅੰਬ ਦਾ ਬੂਟਾ ਹੁੰਦਾ ਸੀ ਅੱਜ ਉਹ ਵੀ ਲੋਪ ਹੋ ਰਹੇ ਨੇ ਲੋਕਾਂ ਨੇ ਉਹ ਵੀ ਛੱਤ ਲਏ ਨੇ ਤੇ ਜਿਹੜਾ ਵਾਤਾਵਰਨ ਆ ਦਿਨੋਂ ਦਿਨ ਉੱਥੇ ਦਾ ਜਿਹੜਾ ਉਹ ਪੋਲੂਸ਼ਨ ਦੇ ਨਾਲ ਉੱਥੇ ਖਰਾਬ ਹੋ ਰਿਹਾ ਹੈ ਉਹ ਕੈਂਸਰਸ ਹੋ ਰਿਹਾ ਹੈ ਸ਼ੁੱਧ ਵਾਤਾ ਸ਼ੁੱਧ ਹਵਾ ਨਹੀਂ ਮਿਲ ਰਹੀ ਨਾ ਜਾਨਵਰਾਂ ਨੂੰ ਜਿਸ ਕਰਕੇ ਤਾਪਮਾਨ ਵੀ ਜੇ ਪੰਜਾਬ ਦਾ ਜਿਹੜਾ ਵੱਧ ਰਿਹਾ ਹੈ ਤੇ ਉਹ ਇਹਦੇ ਨਾਲ ਨਾਲ ਜਿਹੜਾ ਪਾਣੀ ਆ ਜਿਹੜਾ ਮੀਂਹ ਹੈ ਉਹਦਾ ਵੀ ਘਟਾਓ ਹੋ ਰਿਹਾ ਹੈ ਸੋ ਸਿੱਖ ਲੀਫ ਨੇ ਪਿਛਲੇ ਸਾਲ ਇੱਕ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਵੀ ਅਸੀਂ ਹਰ ਪਿੰਡ ਦੇ ਵਿੱਚ ਜੋ ਦਰਖਤ ਲਾਈਏ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਸਾਡਾ ਵਾਤਾਵਰਨ ਠੀਕ ਹੋਵੇ ਲੋਕਾਂ ਨੂੰ ਵੀ ਜਿਹੜੀ ਜਾਗਰਤੀ ਪੈਦਾ ਹੋਵੇ ਸੋ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਿਹੜੀ ਭੱਗੂਪੁਰ ਅਕੈਡਮੀ ਹੈ ਸ਼ਹੀਦ ਭਾਈ ਰਵੀਰ ਸਿੰਘ ਦੀ ਯਾਦ ਦੇ ਵਿੱਚ ਉਸਾਰੀ ਗਈ ਹੈ ਉਹਦੇ ਵਿੱਚ ਤਕਰੀਬਨ 350 ਬੱਚਾ ਜੋ ਪੜ੍ਹ ਰਿਹਾ ਹੈ ਉਹਨਾਂ ਨੂੰ ਨਾਲ ਲੈ ਕੇ ਉਸ ਅਕੈਡਮੀ ਦੇ ਵਿੱਚ ਅਸੀਂ 350 ਪਲਾਂਟ ਲਾਏ ਨੇ 350 ਜੋ ਦਰਖਤ ਹਰ ਬੱਚੇ ਕੋਲ ਇੱਕ ਇੱਕ ਦਰਖਤ ਲਗਾਇਆ ਗਿਆ ਹੈ ਅਕੈਡਮੀ ਦੇ ਆਲੇ ਦੁਆਲੇ ਕੋਈ ਜਗ੍ਹਾ ਕਾਫੀ ਹੈ ਤੇ ਉਹਦੇ ਵਿੱਚ ਇੱਕ ਬਹੁਤ ਸੋਹਣਾ ਮਾਹੌਲ ਬਣਾਉਣ ਲਈ ਉਹਨੂੰ ਇੱਕ ਤਾਂ ਜਦੋਂ ਇਹ ਪਲਾਂਟ ਵੱਡੇ ਹੋਣਗੇ ਦਰਖਤ ਬਣਨਗੇ ਤੇ ਉਹ ਅਕੈਡਮੀ ਦੀ ਜਿਹੜੀ ਸ਼ਾਨ ਹੈ ਉਹ ਵੈਸੇ ਹੀ ਬਹੁਤ ਵਧੀਆ ਬਣ ਜਾਏਗੀ ਉਹਦੀ ਦਿੱਖ ਜਿਹੜੀ ਹੈ ਸੋਹਣੀ ਲੱਗੇਗੀ ਪਰ ਜ਼ਰੂਰੀ ਇਹ ਹੈ ਵੀ ਉਹਨਾਂ ਬੱਚਿਆਂ ਨੂੰ ਇਹ ਉਹਨਾਂ ਦੇ ਦਿਲ ਦਿਮਾਗ 'ਚ ਪਾਉਣਾ ਵੀ ਜਿਹੜਾ ਸਾਡਾ ਜਿਹੜਾ ਵਾਤਾਵਰਨ ਹੈ ਇਹ ਦਰਖਤ ਜਿਹੜੇ ਹਨ ਅਸੀਂ ਲਾ ਰਹੇ ਹਾਂ ਕਿਉਂ ਜ਼ਰੂਰੀ ਹਨ ਕਿਉਂ ਕਿ ਜਦੋਂ ਅਸੀਂ ਬੱਚੇ ਨੂੰ ਉਹਦੇ ਮਨ 'ਚ ਪਾ ਦਿੰਦੇ ਹਾਂ ਅਤੇ ਬੱਚਾ ਉਹ ਸੰਸਕਾਰ ਆਪਣੇ ਦਿਮਾਗ 'ਚ ਰੱਖਦਾ ਹੈ ਅਤੇ ਉਹ ਆਪਣੇ ਘਰ ਵੀ ਲੈ ਕੇ ਜਾਂਦਾ ਹੈ ਆਪਣੇ ਘਰਦਿਆਂ ਨਾਲ ਵੀ ਗੱਲ ਕਰਦਾ ਹੈ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕਰਦਾ ਹੈ ਅਤੇ ਇੱਕ ਛੋਟੀ ਉਮਰ ਦੇ ਵਿੱਚ ਕੋਈ ਬੀਜ ਬੀਜਿਆ ਜਾਵੇ ਅਤੇ ਉਹਦਾ ਜਿਹੜਾ ਫਲ ਹੈ ਉਹ ਅੱਗੇ ਜਾ ਕੇ ਸੋਹਣਾ ਬਣਦਾ ਹੈ ਸੋ ਸਾਨੂੰ ਆਪਣੀ ਜਿਹੜੀ ਇਹ ਪਨੀਰੀ ਹੈ ਇਹਨੂੰ ਆਪਾਂ ਨੂੰ ਜਾਗਰਤ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਸਿੱਖ ਰਿਲੀਫ ਜੋ ਹੈ ਵੱਖ ਵੱਖ ਪਿੰਡਾਂ 'ਚ ਜਾ ਕੇ ਜਿਹੜਾ ਹੈਗਾ ਉਹ ਵਾਤਾਵਰਨ ਦੇ ਸੰਬੰਧ ਦੇ ਵਿੱਚ ਪਲਾਂਟ ਲਾਉਂਦੇ ਨੇ ਅਤੇ ਇਹ ਸ਼ਹੀਦ ਅਕੈਡਮੀ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਸਨ ਉਹਨਾਂ ਨੂੰ ਜਿੰਨੇ ਵੀ ਬੱਚੇ ਸਨ ਮੈਂ ਕਹਾਂਗਾ ਵੀ ਇੱਕ ਇੱਕ ਬੂਟਾ ਉਹਨਾਂ ਦੇ ਨਾਂ 'ਤੇ ਉਹਨਾਂ ਨੂੰ ਦਿੱਤਾ ਗਿਆ ਸੀ ਵੀ ਤਾਂ ਜੋ ਉਹ ਆਪਣੇ ਹੱਥੀਂ ਲਾਉਣ ਅਤੇ ਲਾ ਕੇ ਅਤੇ ਉਹਦੀ ਫਿਰ ਦੇਖਭਾਲ ਵੀ ਕਰਨਗੇ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਇਹ ਜਿਹੜਾ ਬੂਟਾ ਹੈ ਇਹ ਹੁਣ ਤੁਹਾਡਾ ਹੈ ਇਹਨੂੰ ਤੁਸੀਂ ਲਗਾਫਟਰ ਕਰਨਾ ਹੈ ਤੁਸੀਂ ਪਾਣੀ ਦੇਣਾ ਹੈ ਤੁਸੀਂ ਨੂੰ ਵੱਡੇ ਹੁੰਦਿਆਂ ਦੇਖਣਾ ਜਿੰਨਾ ਚਿਰ ਤੁਸੀਂ ਇਸ ਅਕੈਡਮੀ 'ਚ ਪੜ੍ਹਦੇ ਹੋ ਸੋ ਉਹਨਾਂ ਦੀ ਇੱਕ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਉਹਨਾਂ ਦੇ ਸੰਸਕਾਰ ਵੀ ਉਸ ਨਾਲ ਜੁੜ ਜਾਂਦੇ ਹਨ ਅਤੇ ਉਹਨਾਂ ਨੂੰ ਜਿਹੜੀ ਅਵੇਅਰਨੈਸ ਹੈ ਜਾਗਰਤੀ ਹੈ ਉਹ ਇੱਕ ਬਹੁਤ ਵੱਡੇ ਲੈਵਲ 'ਤੇ ਮਿਲਦੀ ਰਹਿੰਦੀ ਹੈ ਕਿਉਂਕਿ ਸੰਗਤ ਜੀ ਇਹ ਜੋ ਦਰਖਤ ਹਨ ਜੇ ਆਪਾਂ ਦੇਖੀਏ ਡੁੰਘਾਈ ਦੇ ਵਿੱਚ ਇਹ ਸਾਡਾ ਜੀਵਨ ਹੈ ਮਹਾਰਾਜ ਨੇ ਸਾਨੂੰ ਬਾਣੀ 'ਚ ਵੀ ਵਾਰ ਵਾਰ ਇਹਨਾਂ ਦੇ ਬਾਰੇ ਸਾਨੂੰ ਸੰਕੇਤ ਦਿੱਤੇ ਹਨ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਿੱਡੀ ਵੱਡੀ ਗੱਲ ਹੈ ਆਪਾਂ ਰਹਿਰਾਸ ਦੇ ਵਿੱਚ ਵੀ ਪੜ੍ਹਦੇ ਹਾਂ ਬਲਹਾਰੀ ਕੁਦਰਤ ਵਸਿਆ ਤਰ ਅੰਤਰਾ ਜਾਈ ਲਿਖਿਆ ਸੋ ਇਹ ਕੁਦਰਤ ਜੋ ਹੈ ਇਹ ਸਾਨੂੰ ਬਹੁਤ ਕੁਛ ਦਿੰਦੀ ਹੈ ਅਤੇ ਜੇ ਅਸੀਂ ਦੇਖੀਏ ਤਾਂ ਥੋੜ੍ਹਾ ਵੀ ਅਸੀਂ ਜੋ ਸਾਹ ਲੈਂਦੇ ਹਾਂ ਇਹ ਦਰਖਤਾਂ ਕੋਲ ਆਉਂਦਾ ਹੈ ਇਹਦੀ ਆਕਸੀਜਨ ਜਿਹੜੀ ਹੈ ਦਰਖਤ ਸਾਨੂੰ ਦਿੰਦੇ ਇਹ ਸਾਡਾ ਜੀਵਨ ਹੈ ਅਤੇ ਜੇ ਅਸੀਂ ਇੱਥੇ ਵੀ ਇੰਗਲੈਂਡ 'ਚ ਵੀ ਯੂਰਪ 'ਚ ਵੀ ਜਿਸੇ ਝਾਤੀ ਮਾਰੀਏ ਅਤੇ ਕਿੰਨੇ ਦਰਖਤਾਂ ਸਾਡੇ ਰੋਡ 'ਤੇ ਕਿੰਨੇ ਦਰਖਤਾਂ ਸਾਡੀਆਂ ਪਾਰਕਾਂ 'ਚ ਕਿੰਨੇ ਦਰਖਤਾਂ ਸਾਡੇ ਪਹਾੜਾਂ 'ਤੇ ਕਿੰਨੇ ਦਰਖਤ ਹਨ ਇੱਥੋਂ ਤੱਕ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਸੋਹਣੇ ਸੋਹਣੇ ਪਲਾਂਟ ਲਾਉਂਦੇ ਹਾਂ ਤਾਂ ਕਿ ਉਸ ਘਰ ਦਾ ਵਾਤਾਵਰਨ ਵੀ ਸੋਹਣਾ ਰਹੇ ਅਤੇ ਜਿਸ ਜਿਹੜੇ ਸਾਇੰਸਦਾਨ ਆ ਉਹ ਕਹਿੰਦੇ ਹਨ ਜੇ ਘਰ ਦੇ ਵਿੱਚ ਤੁਸੀਂ ਇੱਕ ਬੂਟਾ ਲਾ ਲਓ ਇੱਕ ਪੋਟ ਦੇ ਵਿੱਚ ਅਤੇ ਉਹਨੂੰ ਘਰ ਦੇ ਵਿੱਚ ਸਜਾ ਲਓ ਅਤੇ ਉਸ ਘਰ ਦਾ ਵਾਤਾਵਰਨ ਹੀ ਬਦਲ ਜਾਂਦਾ ਹੈ ਅਤੇ ਉਹਦੀ ਸ਼ੁੱਧ ਹਵਾ ਸ਼ੁੱਧ ਵਾਤਾਵਰਨ ਉਹਦਾ ਮਾਹੌਲ ਵੀ ਮਾਨਸਿਕ ਤੌਰ 'ਤੇ ਵੀ ਇਫੈਕਟ ਕਰਦਾ ਹੈ ਅਤੇ ਇੱਥੇ ਜੋ ਗੌਰਮੈਂਟਾਂ ਹਨ ਉਹਨਾਂ ਦੀਆਂ ਆਰਗਨਾਈਜੇਸ਼ਨਾਂ ਹਨ ਉਹ ਹਰ ਪਲਾਂਟ ਹਰ ਦਰਖਤ ਦੀ ਦੇਖਭਾਲ ਕਰਦੀਆਂ ਹਨ ਜੇ ਕਿਤੇ ਟੁੱਟ ਜਾਵੇ ਉਹਨਾਂ ਨੂੰ ਉਹਦੀ ਨੰਬਰਿੰਗ ਦਾ ਪਤਾ ਹੁੰਦਾ ਹੈ ਵੀ ਇਸ ਨੰਬਰ ਦਾ ਜਿਹੜਾ ਦਰਖਤ ਹੈ ਫਲਾਨੀ ਰੋਡ ਦੇ ਉੱਤੇ ਟੁੱਟ ਗਿਆ ਹੈ ਤਾਂ ਉਹਦੀ ਰਿਪਲੇਸਮੈਂਟ ਕਰਨੀ ਹੈ ਪਰ ਪੰਜਾਬ ਦੇ ਵਿੱਚ ਐਸਾ ਨਹੀਂ ਹੈ ਪੰਜਾਬ ਦੇ ਵਿੱਚ ਇਹਦੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਵੀ ਸਾਡੇ ਲਈ ਕਿੰਨਾ ਦਰਖਤ ਲਾਉਣੇ ਸਾਡੇ ਲਈ ਕਿੰਨੇ ਜ਼ਰੂਰੀ ਹਨ 2 ਲੱਖ ਤੋਂ ਵੱਧ ਦਰਖਤ ਜਿਹੜਾ ਹੈਗਾ ਵੱਢਿਆ ਜਾ ਰਿਹਾ ਹੈਗਾ ਅਤੇ ਉਹਦੀ ਜਿਹੜੀ ਪਲਾਂਟੇਸ਼ਨ ਹੈ ਉਹ 5% ਵੀ ਨਹੀਂ ਹੈ 5% ਵੀ ਨਹੀਂ ਹੈ ਇਹ ਮੈਂ ਕੋਲੋਂ ਅੰਕੜੇ ਨਹੀਂ ਦੇ ਰਿਹਾ ਇਹ ਗੂਗਲ ਸਰਚ ਕਰੋ ਤੁਸੀਂ ਤਾਂ ਤੁਹਾਨੂੰ ਸਾਰੇ ਅੰਕੜੇ ਜਿਹੜੇ ਆ ਉਹ ਆ ਜਾਣਗੇ ਵੀ ਕਿੰਨੇ ਵੱਡੇ ਲੈਵਲ ਦੇ ਉੱਤੇ ਅਸੀਂ ਤਾਂ ਆਪਣੇ ਸ਼ਹੀਦਾਂ ਨੂੰ ਰੋਂਦੇ ਹਾਂ ਜਾਂ ਜਿਹੜੇ ਬੰਦੀ ਸਿੰਘ ਆ ਵੀ ਸਾਡਾ ਬਹੁਤ ਨੁਕਸਾਨ ਹੋ ਰਿਹਾ ਪਰ ਇਹ ਨੁਕਸਾਨ ਜਿਹੜਾ ਹੈ ਇਹ ਦਿਸ ਨਹੀਂ ਰਿਹਾ
ਪਰ ਸਾਡੀ ਬੈਕ ਤੇ ਇਹ ਬਹੁਤ ਵੱਡਾ ਨੁਕਸਾਨ ਸਾਡਾ ਹੋ ਰਿਹਾ ਹੈ ਜਿਹਦਾ ਫਲ ਸਰੂਪ ਇਹ ਨਿਕਲਣਾ ਹੈ ਆਉਣ ਵਾਲੇ 30-40 ਸਾਲਾਂ ਦੇ ਵਿੱਚ ਪੰਜਾਬ ਉਹ ਆਪ ਕਹਿੰਦੇ ਨੇ ਉਹਨਾਂ ਦੀ ਆਪਣੀ ਪ੍ਰੈਡਿਕਸ਼ਨ ਹੈ ਭਵਿੱਖਬਾਣੀ ਹੈ ਕਿ 30-40 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਰੇਗਿਸਤਾਨ ਬਣ ਜਾਏਗਾ ਕਿਉਂਕਿ ਉੱਥੇ ਅਸੀਂ ਕੋਈ ਪਲਾਂਟੇਸ਼ਨ ਦੁਆਰਾ ਕੀਤੀ ਨਹੀਂ ਜਿਹਦਾ ਕਰਕੇ ਮੀਂਹ ਨਹੀਂ ਪੈ ਰਿਹਾ ਜਿਹਦਾ ਕਰਕੇ ਪਾਣੀ ਨਹੀਂ ਹੈ ਜਿਹਦਾ ਕਰਕੇ ਜਿਹੜੀ ਹਵਾ ਹੈ ਉਹ ਕੈਂਸਰਸ ਹੈ ਜਿਹੜੇ ਕਰਕੇ ਉੱਥੇ ਜੀਵ ਜੰਤ ਜਿਹੜੇ ਉਹ ਅਲੋਪ ਹੁੰਦੇ ਜਾ ਰਹੇ ਨੇ ਸੋ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਹਨ ਸੰਗਤ ਜੀ ਉਹ ਵਾਤਾਵਰਨ ਸਾਨੂੰ ਦਿੰਦਾ ਹੈ ਜਾਂ ਉਹ ਪੂਰੀਆਂ ਕਰਦਾ ਹੈ ਸਾਡੀਆਂ ਅਤੇ ਅੱਜ ਲੋੜ ਹੈ ਆਪਾਂ ਨੂੰ ਸਾਰਿਆਂ ਨੂੰ ਜਾਗਰਤ ਹੋ ਕੇ ਆਪਣੇ ਪੰਜਾਬ ਨੂੰ ਸਾਂਭਣ ਦੀ ਜਿੱਥੇ ਅਸੀਂ ਹੋਰ ਬਹੁਤ ਸਾਰਾ ਕੁਛ ਕਰ ਰਹੇ ਹਾਂ ਅਤੇ ਪੰਜਾਬ ਦਾ ਜੋ ਜੀਵਨ ਹੈ ਪੰਜਾਬ ਦਾ ਜੋ ਭਵਿੱਖ ਹੈ ਉਹ ਵਾਤਾਵਰਨ 'ਤੇ ਇਸ ਵੇਲੇ ਟਿਕਿਆ ਹੋਇਆ ਹੈ ਇਹ ਸਾਇੰਸਦਾਨ ਕਹਿੰਦੇ ਹਨ ਮੈਂ ਨਹੀਂ ਕਹਿ ਰਿਹਾ ਵੀ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਬਹੁਤ ਜ਼ਿਆਦਾ ਖਤਰਨਾਕ ਹੈ ਸੋ ਅਸੀਂ ਬੇਨਤੀ ਕਰਾਂਗੇ ਵੀ ਜਿੰਨੇ ਸਾਡੇ ਦਰਸ਼ਕ ਹਨ ਜੋ ਦੇਖ ਰਹੇ ਹਨ ਆਪਣੇ ਆਪਣੇ ਪਿੰਡਾਂ 'ਚ ਤੁਸੀਂ ਦਰੱਖਤ ਲਗਾਓ ਸਾਨੂੰ ਦੱਸੋ ਅਸੀਂ ਤੁਹਾਡੇ ਪਿੰਡ ਜਾ ਕੇ ਦਰੱਖਤ ਲਗਾਉਂਦੇ ਹਾਂ ਕੋਈ ਐਸੀ ਗੱਲ ਨਹੀਂ ਹੈ ਤੁਹਾਨੂੰ ਕੋਈ ਚਾਰਜਿਸ ਨਹੀਂ ਕਰਦੇ ਜੋ ਤੁਹਾਡੀ ਸੇਵਾ ਹੈ ਤੁਸੀਂ ਬੈਂਕ 'ਚ ਪਾ ਸਕਦੇ ਹੋ ਪਰ ਸਾਡੀ ਕੋਈ ਸੈੱਟ ਪ੍ਰਾਈਸ ਨਹੀਂ ਹੈ ਵੀ ਤੁਸੀਂ ਇੰਨੇ ਪੈਸੇ ਦਿਉਂਗੇ ਤਾਂ ਤੁਹਾਡੇ ਪਿੰਡ ਜਾ ਕੇ ਲਾਉਣਾ ਹੈ ਸਾਨੂੰ ਆਪਣਾ ਪਿੰਡ ਦੱਸੋ ਅਸੀਂ ਤੁਹਾਡੇ ਪਿੰਡ 'ਚ ਤੁਹਾਡੇ ਪਿੰਡ ਦੇ ਨਾਲ ਸਾਰਿਆਂ ਨੂੰ ਲੈ ਕੇ ਪੰਚਾਇਤ ਨੂੰ ਨਾਲ ਲੈ ਕੇ ਪਿੰਡਿਆਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਸਿਆਣਿਆਂ ਨੂੰ ਅਸੀਂ ਤੁਹਾਡੇ ਦਰੱਖਤ ਲਾਵਾਂਗੇ ਅਤੇ ਇਹ ਜ਼ਰੂਰੀ ਹੈ ਆਪਾਂ ਇਹਨੂੰ ਅਣਗੌਲਿਆ ਨਾ ਕਰੀਏ ਕਿਉਂਕਿ ਇਹ ਸਾਡਾ ਪੰਜਾਬ ਜੋ ਹਰਿਆ ਭਰਿਆ ਹੈ ਇਹ ਨਾ ਕੱਲ੍ਹ ਨੂੰ ਇੱਦਾਂ ਦਿਸੇ ਵੀ ਇੱਥੇ ਪੰਜਾਬ 'ਚ ਕਿਸੇ ਟਾਈਮ 'ਤੇ ਸਿੱਖ ਬੜੇ ਆਬਾਦ ਸਨ ਬੜੇ ਗ੍ਰੀਨਰੀ ਦੇ ਵਿੱਚ ਰਹਿ ਰਹੇ ਸਨ ਹਰਿਆ ਭਰਿਆ ਪੰਜਾਬ 'ਚ ਰਹਿ ਰਹੇ ਸਨ ਅਤੇ ਅੱਜ ਉਹ ਪੰਜਾਬ ਇੱਕ ਰੇਗਿਸਤਾਨ ਦੀ ਤਰ੍ਹਾਂ ਬਣਿਆ ਪਿਆ ਹੈ ਉਜਾੜ ਹੈ ਇੱਦਾਂ ਨਾ ਹੋਵੇ ਸੰਗਤ ਜੀ ਆਪਾਂ ਇੱਧਰ ਵੀ ਧਿਆਨ ਦੇਈਏ ਜਿੱਥੇ ਅਸੀਂ ਬਹੁਤ ਸਾਰੇ ਹੋਰ ਪ੍ਰੋਜੈਕਟ 'ਤੇ ਧਿਆਨ ਦਿੰਦੇ ਹਾਂ ਤੁਹਾਡਾ ਧਿਆਨ ਦਿਵਾਉਂਦੇ ਹਾਂ ਇਹ ਵੀ ਇੱਕ ਬਹੁਤ ਵੱਡਾ ਪੁੰਨ ਹੈ ਸਾਡੀ ਧਰਤੀ ਲਈ ਸਾਡੇ ਜੀਆਂ ਜੰਤਾਂ ਲਈ ਸਾਡੀ ਮਨੁੱਖਤਾ ਲਈ ਸਾਡੇ ਪੰਜਾਬ ਲਈ ਸਾਡੇ ਸਿੱਖ ਕੌਮ ਲਈ ਹੋਰ ਜਿਹੜੇ ਵੀ ਉੱਥੇ ਜਿਹੜੇ ਵੀ ਧਰਮਾਂ ਦੇ ਲੋਕ ਵੱਸਦੇ ਨੇ ਅਸੀਂ ਉਹਨਾਂ ਲਈ ਇਹੋ ਆਪਾਂ ਯਤਨਸ਼ੀਲ ਕਰੀਏ ਸੋ ਸ਼ਹੀਦ ਅਕੈਡਮੀ ਭੱਗੂਪੁਰ 350 ਜਿਹੜੇ ਬੂਟੇ ਲਾਏ ਗਏ ਨੇ ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸਹਿਯੋਗ ਦਿੰਦੇ ਹੋ ਹੁਣ ਵੀ ਜੋ ਸਾਡੇ ਨੰਬਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਨੋਟ ਕਰੋ ਪਲੀਜ਼ ਤੁਹਾਡੇ ਸਹਿਯੋਗ ਨਾਲ ਹੀ ਇਹ ਪ੍ਰੋਜੈਕਟ ਅੱਗੇ ਲਿਜਾ ਸਕਦੇ ਹਾਂ ਅਤੇ ਹੁਣ ਆਪਣਾ ਜਿਹੜਾ ਟਾਈਮ ਹੋ ਰਿਹਾ ਹੈ ਕਿ ਬ੍ਰੇਕ ਵੱਲ ਦਾ ਹੋ ਰਿਹਾ ਹੈ ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਸਾਰੀ ਵੀਡੀਓ ਦਿਖਾਵਾਂਗੇ ਵੀ ਕਿਵੇਂ ਬੀਬੀ ਅਮਰਦੀਪ ਕੌਰ ਅਤੇ ਸਕੂਲ ਦੇ ਸਟਾਫ ਦੇ ਨੂੰ ਨਾਲ ਲੈ ਕੇ ਬੱਚਿਆਂ ਨੂੰ ਨਾਲ ਲੈ ਕੇ ਉਹ ਕਿੰਨੇ ਨੰਨੇ ਨੰਨੇ ਹੱਥਾਂ ਦੇ ਨਾਲ ਪਲਾਂਟ ਲਾ ਰਹੇ ਨੇ ਅਤੇ ਜੋ ਭਵਿੱਖ ਦੇ ਵਿੱਚ ਸਿਰਫ ਉਹ ਰੌਣਕ ਨਹੀਂ ਬਣਨਗੇ ਲੇਕਿਨ ਉੱਥੇ ਦੇ ਪੰਜਾਬ ਨੂੰ ਉੱਥੇ ਦੇ ਏਰੀਏ ਨੂੰ ਵੀ ਬਹੁਤ ਕੁਛ ਦੇਣਗੇ ਤੋ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਆਪ ਦਾ ਸਵਾਗਤ ਕਰਾਂਗੇ ਅਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਅਕਾਲ ਚੈਨਲ ਨਾਲ ਆਪਾਂ ਹੁਣ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਕਾਈ 843 ਅਤੇ ਹਫ਼ਤਾਵਾਰੀ ਸਿੱਖ ਲਾਈਫ ਦਾ ਅਪਡੇਟ ਪ੍ਰੋਗਰਾਮ ਅਤੇ ਆਪ ਹੀ ਨੂੰ ਬ੍ਰੇਕ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰਦੇ ਸੀ ਵੀ 1978 ਦੇ ਜੋ ਸ਼ਹੀਦ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਭੱਗੂਪੁਰ ਪੱਟੀ ਤਰਨ ਤਾਰਨ ਵਿੱਚ ਅਕੈਡਮੀ ਜੋ ਬਣਾਈ ਗਈ ਹੈ ਸਿੱਖ ਲਈ ਵੱਲੋਂ ਉੱਥੇ 350 ਦਰੱਖਤ ਲਾਏ ਗਏ ਹਨ ਅਤੇ ਅਸੀਂ ਆਪ ਨਾਲ ਵਾਅਦਾ ਕੀਤਾ ਸੀ ਵੀ ਬ੍ਰੇਕ ਤੋਂ ਬਾਅਦ ਆਪ ਨੂੰ ਇੱਕ ਵੀਡੀਓ ਦਿਖਾਈ ਜਾਏਗੀ ਤਾਂ ਤੁਸੀਂ ਹੁਣ ਵੀਡੀਓ ਦੇਖੋ ਅਤੇ ਨਾਲ ਨਾਲ ਆਪਣੇ ਜੋ ਹੈ ਆਪਣਾ ਜਿਹੜੇ ਸਾਡੇ ਅਕਾਊਂਟ ਨੰਬਰ ਹੈ ਉਹ ਨੋਟ ਕਰੋ ਅਤੇ ਇਸੇ ਤਰ੍ਹਾਂ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਿੱਖ ਰਿਲੀਫ UK ਸੰਸਥਾ ਵੱਲੋਂ ਅੱਜ ਨਰਸਰੀ ਦੇ ਵਿੱਚ ਆਏ ਹਾਂ ਜੋ ਕਿ ਪਿੰਡ ਭੱਗੂਪੁਰ ਵਿਖੇ ਪਲਾਂਟੇਸ਼ਨ ਹੋਣੇ ਹੈਗੇ ਮੇਰੇ ਨਾਲ ਸਾਰੇ ਸਮੂਹ ਮੈਂਬਰ ਇੱਥੇ ਪਹੁੰਚੇ ਨੇ ਕੁਦਰਤ ਦਾ ਨਿਯਮ ਹੈਗਾ ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲੱਖਿਆ ਜਿਹੜੀ ਕੁਦਰਤ ਆਪਸ ਵਿੱਚ ਸਮਾ ਕੇ ਰੱਖਦੀ ਹੈ ਕੁਦਰਤ ਨੂੰ ਅਤੇ ਜਿਹੜੇ ਪੇੜ ਪੌਦੇ ਹੈਗੇ ਸਾਨੂੰ ਆਕਸੀਜਨ ਦਿੰਦੇ ਹੈਗੇ ਵਾਤਾਵਰਨ ਨਾਲ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾ ਹੈਗਾ ਵਾਤਾਵਰਨ ਦੀ ਦੂਸ਼ਿਤਤਾ ਨੂੰ ਦੂਰ ਕਰਨ ਵਾਸਤੇ ਅੱਜ ਪਲਾਂਟੇਸ਼ਨ ਕਰ ਰਹੇ ਹਾਂਗੇ ਅਤੇ ਆਸ ਕਰਦੇ ਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੁੰਦੇ ਰਹਿਣ ਅਤੇ ਆਪ ਸੰਗਤ ਦਾ ਸਾਥ ਦਿੰਦੀਆਂ ਰਹਿਣ Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜ੍ਹੇ ਹਾਂ ਜੀ ਭਾਗੂਪੁਰ ਸ਼ਹੀਦ ਅਕੈਡਮੀ ਉਹਨਾਂ ਦੇ ਬਾਹਰ ਜਿਹੜਾ ਕਿ ਹੁਣ ਨਵਾਂ ਪਲੇਗਰਾਊਂਡ ਦਾ ਹਿੱਸਾ ਬਣਨ ਜਾ ਰਿਹਾ ਉਧਰਲੀ ਸਾਈਡ 'ਤੇ, ਅਤੇ ਸਾਰੇ ਸ਼ਹੀਦ ਅਕੈਡਮੀ ਦੇ ਬੱਚੇ ਮੇਰੇ ਨਾਲ ਪਿੱਛੇ ਖੜ੍ਹੇ ਨੇ। ਅੱਜ ਦਾ ਜੋ ਮੇਨ ਮਕਸਦ ਹੈ ਜਿਸ ਦੇ ਲਈ ਅਸੀਂ ਹੁਣ ਇੱਥੇ ਇਕੱਠੇ ਹੋਏ ਹਾਂ, ਉਹਦੇ ਵਿੱਚ ਇਹ ਹੈਗਾ ਕਿ ਅਸੀਂ ਇੱਥੇ ਅੱਜ ਪੌਦੇ ਲਗਾਉਣ ਵਾਸਤੇ ਆਏ ਹਾਂ, ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਜੋ ਕਿ ਕਿਸੇ ਟਾਈਮ ਰੰਗਲਾ ਪੰਜਾਬ ਅਤੇ ਹਰਿਆ ਭਰਿਆ ਪੰਜਾਬ ਕਰਕੇ ਜਾਣਿਆ ਜਾਂਦਾ ਸੀ, ਅਤੇ ਅੱਜ ਦੇ ਸਮੇਂ ਦੇ ਵਿੱਚ ਉਹ ਹਰਿਆ ਭਰਿਆ ਪੰਜਾਬ ਜੋ ਹੈ ਉਹ ਗਾਇਬ ਹੁੰਦਾ ਜਾ ਰਿਹਾ, ਉਹ ਹਰਿਆਲੀ ਕਿਤੇ ਜਿਹੜੀ ਹੈਗੀ ਹੈ ਉਹ ਗਾਇਬ ਹੁੰਦੀ ਜਾ ਰਹੀ ਹੈ। ਦਰਖਤ ਜਿਹੜੇ ਅੱਜ ਕੱਟ ਵੱਢ ਕੇ ਜੋ ਕੱਟੇ ਹੋਏ ਦਰਖਤਾਂ ਦੇ ਢੇਰ ਸਾਨੂੰ ਰਾਹਾਂ 'ਤੇ ਮਿਲਦੇ ਨੇ, ਅਤੇ ਉਹ ਸਾਡਾ ਹਰਿਆ ਭਰਿਆ ਪੰਜਾਬ ਜਿਸ ਨੂੰ ਅਸੀਂ ਮੁੜ ਕੇ ਉਸੇ ਤਰ੍ਹਾਂ ਹੀ ਹਰਿਆ ਭਰਿਆ ਦੇਖਣਾ ਚਾਹੁੰਦੇ ਹਾਂ। ਸੋ ਉਸੇ ਉਮੀਦ ਦੇ ਵਿੱਚ, ਉਸੀ ਆਸ ਨੂੰ ਲੈ ਕੇ ਸਿੱਖ ਰਿਲੀਫ UK ਤੋਂ ਚੱਲ ਕੇ ਆਈ ਹੈ ਸਪੈਸ਼ਲੀ ਇਸ ਮਕਸਦ ਨੂੰ ਪੂਰਾ ਕਰਨ ਵਾਸਤੇ। ਕੋਸ਼ਿਸ਼ ਹੈ ਜੀ ਸਾਡੀ, ਅਸੀਂ ਇਕੱਲੇ ਇਸ ਕੰਮ ਨੂੰ ਪੂਰਾ ਨਹੀਂ ਕਰ ਸਕਦੇ, ਸਾਨੂੰ ਸਾਰਿਆਂ ਦਾ ਹੀ ਸਾਥ ਚਾਹੀਦਾ ਹੈਗਾ, ਕਿਉਂਕਿ ਕਹਿੰਦੇ ਆ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਹੈਗਾ, ਅਤੇ ਇਸੇ ਤਰ੍ਹਾਂ ਹੀ ਇੱਕ ਇੱਕ ਪੌਦੇ ਦੀ ਸ਼ੁਰੂਆਤ ਦੇ ਨਾਲ ਹੀ ਇਹ ਜੋ ਸਾਡਾ ਪੰਜਾਬ ਹੈ ਜੋ ਪਹਿਲਾਂ ਹਰਿਆ ਭਰਿਆ ਪੰਜਾਬ ਹੁੰਦਾ ਸੀ ਉਸਨੂੰ ਅਸੀਂ ਦੁਬਾਰਾ ਤੋਂ ਹਰਿਆ ਭਰਿਆ ਕਰ ਸਕਦੇ ਹਾਂ, ਤਾਂ ਕਿ ਇਹ ਜੋ ਪੰਜਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੇਗਿਸਤਾਨ ਨਾ ਬਣ ਜਾਵੇ। ਇਹ ਉਮੀਦ ਲੈ ਕੇ ਅਸੀਂ ਉਮੀਦ ਕਰਦੇ ਹਾਂ, ਅਤੇ ਇਸ ਸਾਡੇ ਪੰਜਾਬ ਦੀ ਜੋ ਦੁੱਖ ਭਰੀ ਹਾਲਤ ਹੈਗੀ ਹੈ ਉਹਨੂੰ ਤੁਸੀਂ ਸਮਝ ਸਕੋਗੇ ਅਤੇ ਸਾਡਾ ਸਾਥ ਦਿਓਗੇ। ਅਤੇ ਅੱਜ ਦੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਇਸ ਸਕੂਲ ਦੇ ਸਭ ਤੋਂ ਛੋਟੇ ਨੰਨੇ ਮੁੰਨੇ ਬੱਚੇ ਦੇ ਹੱਥਾਂ ਤੋਂ, ਅਤੇ ਜੋ ਕਿ ਇਹ ਫੁਲਵਾੜੀ ਨੇ, ਜਿਸ ਫੁਲਵਾੜੀ ਦੀ ਸ਼ੁਰੂਆਤ ਹੋ ਰਹੀ ਹੈ ਅਸੀਂ ਉਸੇ ਫੁਲਵਾੜੀ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਭੈਣ ਜੀ, ਸਭ ਤੋਂ ਛੋਟੇ ਬੱਚੇ ਨੂੰ ਕਿਹਨੂੰ ਤੁਸੀਂ ਲੈ ਕੇ ਆਏ? ਇਹ ਨੰਨੇ ਮੁੰਨੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ, ਥੋੜ੍ਹੇ ਘਬਰਾਏ ਹੋਏ ਵੀ ਨੇ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਨੇ। ਸੋ ਇਹਨਾਂ ਬੱਚਿਆਂ ਤੋਂ ਅਸੀਂ ਸਭ ਤੋਂ ਪਹਿਲਾਂ ਬੂਟੇ ਦੀ ਸ਼ੁਰੂਆਤ ਕਰਦੇ ਹਾਂ ਜੀ। ਅੰਮ੍ਰਿਤਪਾਲ ਸਿੰਘ, ਓਕੇ, ਤੁਹਾਨੂੰ ਪਤਾ ਇਹ ਕੀ ਚੀਜ਼ ਹੈ? ਕੀ ਚੀਜ਼ ਹੈ? ਜਾਮਣ ਹੈ। ਤੁਸੀਂ ਜਾਮਣ ਖਾਂਦੇ ਹੁੰਦੇ ਆ? ਸਵਾਦ ਲੱਗਦੀ ਹੈ? ਓਕੇ, ਅਤੇ ਫਿਰ ਹੁਣ ਆਪਾਂ ਇਹ ਜਾਮਣ ਜਿਹੜੀ ਹੈ ਇੱਥੇ ਲਾਉਣ ਲੱਗੇ ਹਾਂ, ਫਿਰ ਇਹਦੇ ਨਾਲ ਕੀ ਬਣੂਗਾ ਪਤਾ ਕੀ ਹੋਊਗਾ? ਜਾਮਣ ਲੱਗਣਗੇ, ਜਦੋਂ ਇਹ ਵੱਡਾ ਸਾਰਾ ਹੋ ਜੂਗਾ ਫਿਰ ਇਹਦੇ 'ਤੇ ਜਾਮਣ ਲੱਗਣਗੇ। ਅਤੇ ਤੁਸੀਂ ਜਾਮਣ ਖਾਓਗੇ? ਠੀਕ ਹੈ, ਚੱਲ ਫਿਰ ਆਪਾਂ ਸਭ ਤੋਂ ਪਹਿਲਾਂ ਇੱਥੇ ਇੱਕ ਬੂਟਾ ਲਗਾਉਂਦੇ ਹਾਂ, ਇਹ ਇੱਥੇ ਆਪਾਂ ਧਰਤੀ ਦੇ ਵਿੱਚ ਲਾਉਂਦੇ ਹਾਂ ਫਿਰ, ਤਾਂ ਕਿ ਵੱਡਾ ਸਾਰਾ ਇੱਕ ਪੇੜ ਬਣ ਕੇ, ਟ੍ਰੀ ਬਣ ਕੇ ਫਿਰ ਸਾਨੂੰ ਉੱਤੇ ਜਾਮਣ ਲੱਗਣਗੇ। ਠੀਕ ਹੈ, ਸਾਡੇ ਨਾਲ ਸ਼ੇਅਰ ਕਰੋਗੇ ਜਾਮਣ ਫਿਰ? ਠੀਕ ਹੈ, ਚਲੋ ਆ ਜਾਓ।
ਹਾਂਜੀ ਹੁਣ ਅੱਗੇ ਵਧਿਆ ਨੰਨੇ ਮੁੰਨੇ ਬੱਚਿਆਂ ਤੋਂ ਲੈ ਕੇ ਤੇ 10ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਤੋਂ ਬਾਅਦ ਹੁਣ ਆਈ ਹੈ ਜੀ ਵਾਰੀ ਸ਼ਹੀਦ ਅਕੈਡਮੀ ਦੇ ਸਟਾਫ ਦੀ ਕਿਉਂਕਿ ਉਹੀ ਅਧਿਆਪਕ ਨੇ ਜੋ ਬੱਚਿਆਂ ਨੂੰ ਸਿਖਲਾਈ ਦਿੰਦੇ ਨੇ ਤੇ ਜੋ ਬੱਚਿਆਂ ਨੂੰ ਜੋ ਵੀ ਉਹਨਾਂ ਦੀ ਭਵਿੱਖ ਵਿੱਚ ਜੋ ਉਹਨਾਂ ਦੀ ਇੰਪਰੂਵਮੈਂਟ ਹੋਣੀ ਆ ਉਸ ਦੇ ਮੁੱਢ ਜੋ ਹੈਗੇ ਨੇ ਇਹ ਸਾਡੇ ਅਧਿਆਪਕ ਹੀ ਨੇ ਸੋ ਇਹਨਾਂ ਟੀਚਰਸ ਦੇ ਹੁਣ ਵਾਰੀ ਹੈ ਜੀ ਪਲਾਂਟਸ ਆਪਣਾ ਵਿਜਨ ਦੀ ਤੁਸੀਂ ਦੇਖ ਸਕਦੇ ਹੋ ਜੀ ਨਾਲ ਨਾਲ ਸਾਡੇ ਅਧਿਆਪਕ ਜਿਹੜੇ ਆ ਬੜੇ ਹੀ ਜੋਸ਼ ਦੇ ਵਿੱਚ ਆ ਕੇ ਉਹ ਆਪਣਾ ਇਹ ਲੱਗੇ ਹੋਏ ਨੇ ਪੌਦੇ ਜਿਹੜੇ ਲਗਾਉਣ ਵਾਸਤੇ ਤੇ ਆਪ ਜੀ ਦੇਖ ਹੀ ਸਕਦੇ ਹੋ ਕਿ ਇੱਥੇ ਨੇੜੇ ਤੇੜੇ ਕੋਈ ਪੌਦਾ ਨਹੀਂ ਹੈਗਾ ਤੇ ਹੁਣ ਇਹ ਪੌਦੇ ਲਗਾਉਣ ਤੋਂ ਬਾਅਦ ਸਾਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਤੱਕ ਇਸ ਪਲੇਗਰਾਊਂਡ ਦੀ ਜਿਹੜੀ ਚਾਰ ਦੀਵਾਰੀ ਹੈ ਉਹ ਹਰੀ ਭਰੀ ਹੋਏਗੀ ਤੇ ਦਰਖਤਾਂ ਨਾਲ ਭਰੀ ਹੋਏਗੀ ਤੇ ਉਹਨਾਂ ਦੇ ਜਿਹੜੇ ਮਿੱਠੇ ਮਿੱਠੇ ਜਾਮਣਾਂ ਦੇ ਨਾਲ ਤੇ ਸੋਹਣੇ ਸੋਹਣੇ ਫੁੱਲਾਂ ਦੇ ਨਾਲ ਜਿਹੜਾ ਇਹ ਪਲੇਗਰਾਊਂਡ ਆ ਉਹ ਖੇਡਦਾ ਸਾਨੂੰ ਨਜ਼ਰ ਆਏਗਾ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਸਿੱਖ ਰਿਲੀਫ ਵੱਲੋਂ ਮਨੁੱਖਤਾ ਦੀ ਭਲਾਈ ਲਈ ਹੋਰ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਇਹਨਾਂ ਕਾਰਜਾਂ ਵਿੱਚ ਜੇ ਤੁਸੀਂ ਵੀ ਆਪਣਾ ਕਿਸੇ ਪ੍ਰਕਾਰ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਅਕਾਊਂਟ ਨੰਬਰ ਤੇ ਆਪਣਾ ਦਸਵੰਧ ਭੇਜ ਸਕਦੇ ਹੋ